ਪਾਰਟੀ ਕਬਾਰ ਯੂਨੀਅਨ ਮੋਦੀ ਸਰਕਾਰ ਮੋਦੀ ਸਰਕਾਰ मैं ताला शाह सरकार कहना बहुत बुरी गल बहुत जो ना लोअर क्लास आ मैं एक और देखना जिते भी देखना रेलवे रोड से भी देखा और इन्हें जिन्हें जिन्हें जिन्होंने लोगों को हले शायद नहीं पता कि होना मैं थोड़ा कल भी एक अज सुबह की माड़ी गल दस मैं सुबह एक सब तो पहला कापी लेनी मैं समाला रोड से एक दुकान से गया उतो 80 रुपए की कापी मिली सॉरी मेरे को गड्डी पई है मैं दिखा दूंगा और वह कापी के 80-90 वर्की हरे वो मैं कह रहा मैं यार इन्नी महंगी है तुम देखो कितने अपना देश करता क्या जो बिल्ला लाया वो करके 10 छड़िया नहीं 90 की बेचता उस तो बाद एक 3 मीटर मलबल लई है इतों अपने रेलवे रोड 3 मीटर मलबल सो टप्पड़ा मैं वो भी दिखा दिता मैंने कोई सद लिया और 90 रुपये का जो मैं मीटर वो करके देखा ना एक उंगली तो लिपट जूगा क्योंकि वो दुकानदार खाते पीते नंबर 3 के एक होर भी इतने असी एक दो वस्तुआं मंगाइया छोटी छोटिया वस्तुआं और मैं सर्फ लैन चले गए एक एक पैकेट का जिद 5 ग्राम से वह भी गड्डी पैया मेरे को वो 10 रुपए का मिले देखो किसान कितने ये लोग जो दुकानदार आ फिर भी अपनी होड़ लई ना जो चीज़ दुकान के पई होंगी उन्होंने ना 10 गुणा करके बेचते हैं और किसान धक्के खाते मरते और डेमोक्रेसी के यार डेमोक्रेसी का घाण होया पाया सच पुछो कुछ मन कहन करता नहीं है और यही कहूँ कि पार्टियां आप कोई भी पार्टी नीली चिट्टी काली पीली भुल के एक खोजो जे देश को बचा वरना तुम 1000 साल पिछले जाएंगे और 100 साल ही जाएंगे जो मैं ਦੇ ਆਪਾਂ ਤਾਂ 2 ਸ਼ਬਦਾਂ ਤੁਸੀਂ ਪੁੱਛ ਲਿਆ 4 ਸ਼ਬਦਾਂ ਤੋਂ ਮੈਂ ਕਹਿ ਦੇਣਾ ਵੀ ਸ਼ਹੀਦ ਹੋ ਗਏ ਪਰ ਪਰਿਵਾਰਾਂ ਨਾਲ ਮੈਂ ਇੱਕ ਬੇਨਤੀ ਕਰੂੰ ਜਿਹੜੇ ਵੀ ਇਲਾਕੇ ਦਾ ਕੋਈ ਸ਼ਹੀਦ ਹੋਇਆ ਨਾ ਆਲੇ ਦੁਆਲੇ ਦੇ ਜੋ ਵੀ ਪਰਿਵਾਰ ਆ ਜੋ ਸਮਰਥ ਪਰਿਵਾਰ ਆ ਨਾ ਉਹਨਾਂ ਨੂੰ ਜਾ ਕੇ ਸਾਰ ਲੈਣ ਵੱਧ ਤੋਂ ਵੱਧ ਮਦਦ ਕਰਨ ਬਾਕੀ ਸਾਡਾ ਨੈਕਸਟ ਜਿਹੜਾ ਫੋਕਸ ਆ 26 ਜਨਵਰੀ ਦਾ 20 ਨੂੰ ਭੁੱਲਣਾ ਤੇ ਸਾਰਾ ਹੀ ਸਾਡਾ ਫੋਕਸ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਹੀ 26 ਜਨਵਰੀ ਆ ਵੀ 26 ਜਨਵਰੀ ਜਿਵੇਂ ਹਾਈਕਮਾਂਡ ਨੇ ਕਿਹਾ ਵੀ ਉੱਥੇ ਕਿਵੇਂ ਮਨਾਉਣੀ ਆ ਆਪਾਂ ਵੱਧ ਤੋਂ ਵੱਧ ਲੱਖਾਂ ਟਰੈਕਟਰ ਲੈ ਕੇ ਜਾਣਾ ਇੱਥੇ ਇੱਥੋਂ ਤੇ ਖੰਨੇ ਤੋਂ ਤੁਰਨਾ ਸਾਡਾ ਫੋਕਸ ਉੱਤੇ ਆ ਔਰ ਸ਼ਹੀਦਾਂ ਨੂੰ ਸਮਰਪਣ ਬਾਕੀ ਅੱਜ ਅਸੀਂ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਨੇ ਜੋ ਸਾਡੇ ਕਿਸਾਨ ਨੌਜਵਾਨ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਨੂੰ ਅਸੀਂ ਅੱਜ ਸ਼ਰਧਾਂਜਲੀ ਦਿੱਤੀ ਆ ਸ਼ਰਧਾ ਦੇ ਫੁੱਲ ਭੇਟ ਕਰਿਆ ਸਾਡੇ ਖੰਨੇ ਇਲਾਕੇ ਦੇ ਜਿੰਨੇ ਕਿਸਾਨ ਉਰੇ ਆਏ ਨੇ ਉਹਨਾਂ ਦਾ ਮੈਂ ਉਰੇ ਆਇਆਂ ਦਾ ਧੰਨਵਾਦ ਕਰਦਾ ਜੋ ਉਹ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਨੇ ਅਸੀਂ ਪਹਿਲਾਂ ਵੀ ਮੈਂ ਦਿੱਲੀ ਵੀ ਕਿਹਾ ਸੀਗਾ ਮੁਆਵਜ਼ਾ ਸਾਡੇ ਜੋ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਨੂੰ 1-1 ਕਰੋੜ ਰੁਪਈਆ ਅਤੇ 1 ਸਰਕਾਰੀ ਨੌਕਰੀ ਅਤੇ ਉਹਨਾਂ ਦੇ ਪਰਿਵਾਰ 'ਤੇ ਜੋ ਕਰਜ਼ਾ ਹੋਵੇ ਉਹ ਸਰਕਾਰ ਨੂੰ ਮਾਫ਼ ਕਰਨਾ ਚਾਹੀਦਾ ਜੇ ਹੁਣ ਵੀ ਕਿਸੇ ਵੀ ਕਿਸਾਨ ਦੀ ਡੈਥ ਹੁੰਦੀ ਆ ਤਾਂ ਇਸ ਦੀ ਜ਼ਿੰਮੇਵਾਰ ਸੈਂਟਰ ਸਰਕਾਰ ਆ ਸਾਨੂੰ ਸੈਂਟਰ ਸਰਕਾਰ ਨੇ ਰੋਕਿਆ ਬਾਰਡਰ 'ਤੇ ਅਸੀਂ ਆਪ ਨਹੀਂ ਰੁਕੇ ਅਸੀਂ ਤਾਂ ਦਿੱਲੀ ਦਾ ਰੁੱਖ ਕਰਿਆ ਸੀਗਾ ਹੁਣ ਜੋ ਸਾਡੇ ਕਿਸਾਨ ਜੋ ਸਾਡੇ ਨੌਜਵਾਨ ਕਿਸਾਨ ਜੋ ਸ਼ਹੀਦ ਹੋ ਰਹੇ ਨੇ ਇਹ ਸਾਰੀ ਜ਼ਿੰਮੇਵਾਰ BJP ਦੀ ਸਰਕਾਰ ਅਤੇ ਸੈਂਟਰ ਸਰਕਾਰ ਆ ਜੀ ਅਸੀਂ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ ਨਾ ਅੱਜ ਤੋਂ ਬਾਅਦ ਅਸੀਂ ਕਿਸੇ ਪਾਰਟੀ ਨੂੰ ਕਰਨਾ ਸਾਡਾ ਇੱਕ ਕਿਸਾਨੀ ਝੰਡਾ ਅਸੀਂ ਸਿਰਫ ਕਿਸਾਨੀ ਝੰਡੇ ਦੇ ਹੇਠ ਰਹਿਣਾ ਜਦ ਤੱਕ ਸਾਡੀਆਂ ਉਮਰਾਂ ਨੇ ਅਸੀਂ ਅੱਜ ਤੋਂ ਜਦ ਤੋਂ ਹੀ ਕਿਸਾਨੀ ਸੰਘਰਸ਼ ਚੱਲ ਪਿਆ ਪਹਿਲਾਂ ਹੀ ਸਾਨੂੰ ਤਾਂ ਪੁੱਛਦੇ ਨਹੀਂ ਕਿਸਾਨੀ ਦੇ ਤਾਂ ਸਿਰ 'ਤੇ ਕਿਸਾਨਾਂ ਦੇ ਸਿਰ 'ਤੇ ਤਾਂ ਕਰਜ਼ਾ ਪਹਿਲਾਂ ਹੀ ਵਾਹਵਾ ਰੋਜ਼ ਹਰ ਰੋਜ਼ ਕੋਈ ਨਾ ਕੋਈ ਕਿਸਾਨ ਖੁਦਕੁਸ਼ੀ ਕਰਦਾ ਗਲ 'ਚ ਫਾਹਾ ਪਾ ਕੇ ਇਹ ਸਰਕਾਰਾਂ ਨੂੰ ਕਦੇ ਦੇਖਦਾ ਨਹੀਂ ਅਸੀਂ ਫਿਰ ਵੋਟਾਂ ਵੇਲੇ ਇਹਨਾਂ ਮਗਰ ਲੱਗ ਜਾਂਦੇ ਹਾਂ ਕਦੇ ਕੋਈ ਪਾਰਟੀ ਆ ਗਈ ਕਦੇ ਕੋਈ ਪਾਰਟੀ ਆ ਗਈ ਅਸੀਂ ਬਾਈਕਾਟ ਕਰਤਾ ਕਿਸੇ ਵੀ ਪਾਰਟੀ ਲਈ ਅਸੀਂ ਕੋਈ ਸਾਡੇ ਕੋਲ ਵੋਟ ਨਹੀਂ ਹੈਗੀ ਨਾ ਸਾਡੇ ਕੋਲ ਸਪੋਰਟ ਆ ਕਿਸਾਨੀ ਝੰਡੇ ਥੱਲੇ ਜੋ ਆਊਗਾ ਉਹਦੀ ਸਪੋਰਟ ਕਰਾਂਗੇ ਠੋਕ ਕੇ ਕਰਾਂਗੇ ਇੱਕ ਕਿਸਾਨੀ ਝੰਡੇ ਥੱਲੇ ਰਹਾਂਗੇ ਕਿਸਾਨ ਹੈਗੇ ਆ ਕਿਸਾਨ ਹੀ ਮਰਾਂਗੇ ਵਿਚਾਰੇ ਤੇ ਜਿੰਦਰ ਜੀ ਮਾਈਕ ਤੁਹਾਡਾ ਨਹੀਂ ਜੀ ਬੜਪਾ ਸਾਹਿਬ ਜਿਹੜਾ ਅੱਜ ਸੁਖਮਣੀ ਸਾਹਿਬ ਦਾ ਪਾਠ ਕਰਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਮੀਡੀਆ ਵਾਲਿਆਂ ਦਾ ਟੈਲੀਵਿਜ਼ਨ ਵਾਲਿਆਂ ਦਾ ਜਿੰਨਾ ਵੀ ਸਾਰਿਆਂ ਦਾ ਮੈਂ ਧੰਨਵਾਦੀ ਹਾਂ ਵੀ ਤੁਸੀਂ ਸਾਡੀ ਆਵਾਜ਼ ਨੂੰ ਬੁਲੰਦ ਕਰਦੇ ਹੋ ਸਾਨੂੰ ਹੌਸਲੇ ਦਿੰਦੇ ਹੋ ਅੱਜ ਅਸੀਂ ਇੱਥੇ ਜਿਹੜਾ ਅੱਜ ਪਰਮਾਤਮਾ ਦੀ ਓਟ ਲਈ ਆ ਗੁਰੂ ਗ੍ਰੰਥ ਸਾਹਿਬ ਦੇ ਚਰਨ ਪਾਏ ਨੇ ਉਹਨਾਂ ਦੇ ਚਰਨਾਂ ਵਿੱਚ ਸਿਰ ਝੁਕਾਇਆ ਮੈਂ ਅਸੀਂ ਉਹਨਾਂ ਵੀਰਾਂ ਨੂੰ ਜਿਹੜੇ 70 ਵੀਰ ਸਾਡੇ ਨੌਜਵਾਨ ਸ਼ਹੀਦ ਹੋ ਗਏ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਅਰਦਾਸ ਕਰੀ ਹੈ ਵੀ ਸੱਚੇ ਪਾਤਸ਼ਾਹ ਉਹਨਾਂ ਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ ਕਿਉਂਕਿ ਇਹ ਅੰਦੋਲਨ ਇੱਕ ਬਹੁਤ ਵੱਡਾ ਅੰਦੋਲਨ ਹੋ ਗਿਆ ਤਕਰੀਬਨ 1 ਮਹੀਨੇ ਤੋਂ ਵੀ ਵੱਧ ਟਾਈਮ ਲੋਕ 70 ਲੱਖ ਦੇ ਕਰੀਬ ਦਿੱਲੀ ਘੇਰੀ ਬੈਠੇ ਨੇ ਬਾਕੀ ਸਾਰੇ 23 ਸਟੇਟਾਂ ਦੇ ਵਿੱਚੋਂ ਲੋਕ ਦੜਾ ਦੜ ਆ ਰਹੇ ਨੇ ਹੋਰ ਇਕੱਠ ਵਧਾ ਰਹੇ ਨੇ
क्योंकि इतों की मोदी सरकार जलम सरकार दी करनी और कथनी च बहुत फर्क है। वो साढ़े नेतावान के नाल मतलब एक किस्म का मखौल खेल रहे हैं, बार बार ये समझा रहे हैं भी ये कानून वधिया ने। असी जे जे कानून की सानू लोड़ होवे ता फिर सानू पुछ के कर दे, या सानू लोड़ ही नहीं तुसी कानून बनाए क्यों, ये कानून की लोड़ क्यों पैगी। असी दिल्ली दे विच्चों मतलब उन्ना चिर नहीं आवांगे जिन्ना चिर सारे काले रद्द नहीं होंदे। 20 तरीक तो बाद असी तकरीबन 2500 ट्रैक्टर ट्राली लैके दिल्ली नू कूच करांगे। 26 जनवरी नू उत्ते 1,00,000 ट्रैक्टर दिल्ली दे आले दुआले गेड़े दे अंदर असी दाखिल होवांगे दिल्ली दे। असी जानी मतलब मोदी सरकार दे चूड़ा हिला दांगे, इत्थों दी जिहड़ी BJP आ उहदा कमल दा फुल पट के सुका दांगे। जिहड़े BJP दे आगूआं दा बाइकाट कहा जानी साहब दा ते दूसरे गरेवाल जी दा, गरेवाल दा दिमाग मैनूं लगदा खराब हो गया। गरेवाल नूं समझ घट है, जिहड़े इत्थों दे लीडर ने बहुत बकवास करदे ने, BJP दे मंत्री भी बकवास करदे ने भी किसानां दा मजाक उड़ाउण लगे ने। उहनूं इह नहीं पता इक अन्नदाता जिहड़ा सारे देश नूं अनाज खिला रहा भंडार है, अन्न दे बगैर नहीं सरना, होर किसी चीज़ के बगैर सर जूगा भी सारे अन्नदाता। गर्म अज इन्नी सर्दी दे विच साडियां भैणां साडियां मातावां 80-80 साल दे बजुर्ग उत्थे दिल्ली बैठे ने, मेरा उन्हां दे चरणां दे विच सिर चुकदा। और हर रोज़ तकरीबन 2-3 बंदे साडे शहीद होंदे ने, बड़ी दुख की गल है, पर डुलदा खून शहीदां दा तकदीर बदलदी कौमां दी। जदों कोई शहीदियां होंदियां ने तां नवां मतलब जित हुंदी आ साडी, नवां इतिहास रचिया जांदा। ये शहीदियां हमेशा लई सानू याद रहणगियां क्योंकि इन्हां जिन्हां वीरां ने साडे लई शहीदियां दित्तियां ने, ये हर एक बंदे लई भावें मजदूर है भावें किसान है भावें कोई भी किसी धर्म नाल संबंधित है, उन्होंने साढ़े लिए शहीदियां दित्तियां ने, ना कि किसी होर लई। बड़े दुख की गल है, इत्थों की सरकार जलम सरकार नू हाले भी मतलब कोई किसी किस्म का एहसास नहीं होया भी असी किसानां दी गलबात सुनीए, एक इन्हां नू रद्द करिए कानूनां नू। असी जिन्ना चिर कानून रद्द नहीं होंदे उन्ना चिर असी दिल्लियों वापस नहीं आवांगे, भावें 4 महीने लग जाण। साडे किसानां दे हौसले बहुत बुलंद ने, साडे कोल राशन की कमी नहीं, असी दिल्ली भी निजात थी जिहड़ा साडा अंदोलन बड़े शांतमई ढंग नाल चल रहा। ये अंदोलन ने अज तक किसी का फुल नहीं तोड़िया, यही साडी खासियत है, असी शांतमई ढंग नाल अंदोलन चलाउणा है, सरकार नूं जितना है, असी जितांगे मरांगे और जितांगे, ये नारा लाया ये जरूर करांगे। राम नाम जो करे विचार सेतनवंत कने संसार मन तन मुख बोले हर मुखी सदा सदा जन हो ते सुखी एको एक एक पछाने तुत कियो सोझी जाने नाम संग जिसका मन मानिया नानक तने निरंजन जानिया गुर प्रसाद अपन आप सोजे तसकी जानो तृष्णा बुझे सत्संग हर हर जस कहत सर्व रोग ते ओह अर्जन रत अंदन कीर्तन केवल बखियान ग्रसत मैं सोई निर्वाण एको प्रजन की आसा तसकी गटिया जम की फासा पार ब्रह्म की जिस मन भूख नंद से ना लागे। पार्टी कबूल हो रही है। मोदी सरकार जय जवान जय जवान।
ਕਿਸਾਨ ਮਜ਼ਦੂਰ ਏਕਤਾ ਕਿਸਾਨ ਮਜ਼ਦੂਰ ਏਕਤਾ ਮੋਦੀ ਸਰਕਾਰ ਮੋਦੀ ਸਰਕਾਰ